ਆਪ ਸਪੇਨ ਵਲੰਸੀਆ ਤੇ ਵੱਡੀ ਖੇਡੀ ਹੈ ਤਾਰਫ ਕਰਾਨੇ ਆਪਣੇ ਭਾਈ ਮਨਦੀਪ ਸਾਹਿਬ ਨੇ ਬਾਂਹ ਖੜੀ ਕਰੋ ਜੀ ਜੁਨੇਦ ਸਾਹਿਬ ਆ ਭਾਊ ਭਾਈ ਆਸਫ ਸਾਹਿਬ ਪਾਲੀ ਸਾਹਿਬ ਲਵ ਸਾਹਿਬ ਤੇ ਕਾਸਮ ਚੀਮਾ ਸਾਹਿਬ ਤੇ ਕਮੈਂਟਰੀ ਵਾਲਾ ਜਾਣਾ ਜੁਨੇਦ ਅਰਸ਼ਦ ਅਫਨੂਨਾ ਵਾਲੀ ਚਲੋ ਜੀ ਤੇ ਮੈਚ ਸ਼ੁਰੂ ਹੋ ਵਾਲਿਆ ਭਰਾਵੋ ਤੇ ਹੁਣ ਜਿਹੜਾ ਸਾਰਾ ਮੈਚ ਵੇਖ ਕੇ ਜਾਇਓ ਓਏ ਹੋਏ ਕਿਆ ਬਾਤਾਂ ਨੇ ਜੀ ਰੇਡ ਤੇ ਰੇਡ ਪੈ ਚੁੱਕੀ ਹੈ ਜੀ ਕਿਆ ਬਾਤ ਹੈ ਜੀ ਮੁੰਡੇ ਛਾਏ ਪਏ ਨੇ ਵੇਖਿਆ ਜੇ ਮੇਰੇ ਉੱਤੇ ਨਾ ਸੜ ਦਿਆ ਜੇ ਵੇਖੇ ਬਚਾ ਕੇ ਮੁੰਡੇ ਨੂੰ ਮਾਰਿਆ ਹੋਵੇ ਪਾਲੇ ਦੇ ਉੱਤਰ ਚੱਕ ਕੇ ਲੈ ਗਿਆ ਜੀ ਮੁੰਡਾ ਰੇਡ ਕਿਆ ਹੀ ਬਾਤਾਂ ਹੋ ਗਈਆਂ ਇਹਨਾਂ ਦੀਆਂ ਓਏ ਲਓ ਜੀ ਮੁੰਡਾ ਮਣੀ ਰੇਡ ਹਾਸਲ ਕਰਕੇ ਆਪਣੇ ਪਾਲੇ ਦੇ ਵਿੱਚ ਫਿਰ ਆ ਗਿਆ ਜੀ ਨੰਬਰ ਲੈ ਗਏ ਨੇ ਮੁੰਡੇ ਕਿਆ ਬਾ ਇਹ ਲਓ ਜੀ ਹੁਣ ਸਾਡੇ ਜੇਤੀ ਮਸੇਰ ਸਾਹਿਬ ਰੇਡ ਪਾਉਣ ਜਾ ਰਹੇ ਨੇ ਚੋਟੀ ਦੇ ਪਲੇਅਰ ਹੈ ਹੀ ਨੇ ਕਿਆ ਬਾਤ ਇਹਨਾਂ ਨੇ ਹੁਣ ਜੱਫਾ ਪਾਉਣਾ ਦੇਖਦੇ ਇਹਨਾਂ ਨੂੰ ਕੌਣ ਜੱਫਾ ਪਾਉਂਦਾ ਲੈ ਜੀ ਕਾਸਮ ਤੇ ਜਨੇਦ ਮਸੇਰ ਦਾ ਪੈ ਗਿਆ ਜੱਥਾ ਉਹ ਜਿੱਤ ਗਿਆ ਜੇ ਕਿਆ ਬਾਤ ਏ ਲਓ ਜੀ ਸਾਡੇ ਹੁਣ ਮਨਦੀਪ ਜਾ ਰਹੇ ਨੇ ਚੋਟੀ ਦੇ ਪਲੇਅਰ ਰੇਡ ਪਾਉਣ ਕਿਆ ਬਾਤ ਜੀ ਉੱਧਰ ਸਾਡੇ ਨੇ ਓਏ ਹੋਏ 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 ਲੈ ਗਿਆ ਜੇ ਮੁੰਡਾ ਲੈ ਗਿਆ ਜੇ ਨੰਬਰ ਜਿੱਤ ਗਿਆ ਜੇ ਕਿਆ ਬਾਤ ਏ ਬਾਕੀ ਮਾਹੌਲ ਦੇਖੋ ਤੁਸੀਂ ਕਿਵੇਂ ਦਾ ਲਓ ਜੀ ਸਾਡੇ ਜੱਦੀ ਮਸੇਰ ਫਿਰ ਦੁਬਾਰਾ ਰੇਡ ਪਾਉਣ ਜਾ ਰਹੇ ਨੇ ਇਹਨਾਂ ਦੇ ਮੁਕਾਬਲੇ ਦੇ ਵਿੱਚ ਪੂਰਾ ਚੋਟੀ ਦਾ ਮੈਚ ਚੱਲ ਰਿਹਾ ਹੈ ਇਹ ਦੇਖਦੇ ਹਾਂ ਹੁਣ ਇਹਨਾਂ ਨੇ ਪਾਇਆ ਪਾਲੀ ਨੂੰ ਹੱਥ ਉਹ ਭੱਜ ਪਿਆ ਜੇ ਵੇਖਿਆ ਜੇ ਉਹ ਡਿੱਗ ਪਿਆ ਛੱਡ ਦਿਓ ਕਿਆ ਲਓ ਜੀ ਹੁਣ ਸਾਡੇ ਅਸਫ ਲਾਲਾ ਜੀ ਰੇਡ ਪਾਉਣ ਜਾ ਰਹੇ ਨੇ ਜੋ ਕਿ ਕਬੱਡੀ ਖੇਡਦੇ ਰਹੇ ਨੇ ਪਿੱਛੇ ਵੀ ਚੋਟੀ ਦੇ ਪਲੇਅਰ ਨੇ ਇਹਨਾਂ ਨੇ ਜੱਫਾ ਪਾਉਣਾ ਹੁਣ ਦੇਖਣਾ ਪੂਰੀ ਕੈਂਚੀ ਟੈਪ ਪਾ ਲਿਆ ਜੇ ਕਾਸਮ ਸੇਰ ਨੂੰ ਜੱਫਾ ਓਏ ਹੋਏ ਕਿਆ ਬਾਤ ਹੈ ਜੀ ਵੈਰੀ ਗੁੱਡ ਲਵ ਆ ਰਿਹਾ ਜਨਾਬ ਇਹ ਜਣਾ ਆ ਰਿਹਾ ਚੰਗਾ ਜਣਾ ਆ ਰਿਹਾ ਜੇ ਇਹ ਤੁਹਾਡੀ ਖੈਰ ਹੋ ਜੇ ਬੱਲੇ ਲਵ ਉਹ ਲਵ ਜਨਾਬ ਉਹ ਬਣਾ ਪੈ ਗਈ ਭੰਡੀ ਉਹ ਜਨਾਬ ਨਸ ਜਣਿਆ ਚੰਗਿਆ ਨਸ ਕੇ ਜਾਣੀ ਨਸ ਨਹੀਂ ਜਾਣ ਦੋ ਸਿੱਖ ਬਸ ਲਓ ਜੀ ਉਹ ਤੇਰੀ ਯਾਰ ਅਜੇ ਬੱਲੇ ਜਣਿਆ ਚੰਗਿਆ ਚਲੋ ਜੀ ਨਸਣਾ ਜੇ ਕਾਸਮ ਸਾਹਿਬ ਨਸਣਾ ਹੈ ਬੱਲੇ ਜਣਿਆ ਚੰਗਿਆ ਬੱਲੇ ਲਵ ਤੂੰ ਲਓ ਜੀ ਜਣਾ ਆ ਗਿਆ ਜੇ ਬੱਲੇ ਜਣਿਆ ਚੰਗਿਆ
बल्ले जने चंगा हाथ ला भी साड़ ओ ला भी साड़ जा रहा थी तेरे थे जा रहा थी नास कासम ਆਪ ਦਾ ਆ ਰਿਹਾ ਆਪ ਦਾ ਆ ਰਿਹਾ